ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਦਰਸ਼ਕੋ, ਕੱਲ੍ਹ ਡੇਰਾ ਬਾਬਾ ਨਾਨਕ ਦੇ ਪਿੰਡ ਮਾਨ ਦੇ ਵਿੱਚ ਸਮਾਗਮ ਹੋਇਆ ਔਰ ਉਹ ਸਮਾਗਮ ਦੇ ਵਿੱਚ ਬਿਨਾਂ ਨੀਂਹ ਪੱਥਰ ਤੋਂ ਨੀਂਹ ਪੱਥਰ ਰੱਖਿਆ ਗਿਆ, ਜਿਹੜਾ ਕਿ ਕੈਰੀਡੋਰ ਜਿਹੜਾ ਲੰਘਾ ਕਰਤਾਰਪੁਰ ਸਾਹਿਬ ਨੂੰ ਹਿੰਦੁਸਤਾਨ ਦੇ ਪਾਸਿਓਂ ਜਾਣਾ। ਨੀਂਹ ਪੱਥਰ ਤੋਂ ਬਿਨਾਂ ਪੱਥਰ ਰੱਖਣ ਦਾ ਕਾਰਨ ਕੀ ਹੋਇਆ? ਉਹ ਸਵੇਰੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਸਿਆਸਤ ਸ਼ੁਰੂ ਹੋ ਗਈ ਸੀ। ਸੁੱਖੀ ਰੰਧਾਵਾ ਜਿਹੜੇ ਉੱਥੋਂ ਦੇ MLA ਵੀ ਨੇ, ਉਹਨਾਂ ਨੇ ਮੰਤਰੀ ਨੇ, ਜੇਲ੍ਹ ਮੰਤਰੀ ਨੇ, ਉਹਨਾਂ ਨੇ ਜਦੋਂ ਦੇਖਿਆ ਪੱਥਰ, ਜਿਹੜਾ ਨੀਂਹ ਪੱਥਰ ਨੈਸ਼ਨਲ ਅਥਾਰਟੀ ਜਿਹੜੀ ਸਾਡੀ ਸੜਕਾਂ ਦੀ ਹੈ ਉਹਦੇ ਵੱਲੋਂ ਬਣਿਆ ਹੋਇਆ ਆ, ਉਹਦੇ ਵਿੱਚ ਦੋ ਨਾਂ ਜਦੋਂ ਉਹਨਾਂ ਨੇ ਦੇਖੇ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਦਾ, ਤਾਂ ਉਹ ਭੜਕ ਪਏ। ਔਰ ਉਦੋਂ ਬਾਅਦ ਉਹਨਾਂ ਨੇ ਆਪਣੇ ਨਾਵਾਂ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ 'ਤੇ, ਆਪਣੇ ਨਾਂ 'ਤੇ ਵਿਜੇਇੰਦਰ ਸਿੰਗਲਾ ਜਿਹੜੀ ਕਾਂਗਰਸ ਦੇ ਨਾਂ 'ਤੇ ਟੇਪ ਲਾਤੀ। ਤੋ ਇਹ ਸਾਰੀ ਗੱਲ ਨੂੰ ਦੇਖਦੇ ਹੋਏ ਜਦੋਂ ਤਕਰਾਰ ਵਧਿਆ ਤਾਂ ਅਫਸਰਾਂ ਨੇ ਉਹ ਨੀਂਹ ਪੱਥਰ ਪੱਟਿਆ ਅਤੇ ਟਰਾਲੀ ਦੇ ਵਿੱਚ ਪਾ ਕੇ ਲੈ ਗਏ। ਇਹ ਸਿਆਸਤ ਦੀ ਪਹਿਲੀ ਕੜੀ ਕੱਲ੍ਹ ਜੋ ਉੱਥੇ ਹੋਇਆ ਉਹਦੇ ਵਿੱਚ। ਉਸ ਤੋਂ ਬਾਅਦ ਬੜੇ ਨਾਅਰੇ ਲਾਉਂਦੇ, ਕੀਰਤਨ ਕਰਦੇ ਅਕਾਲੀ ਵੀ ਪਹੁੰਚ ਗਏ ਔਰ ਅਕਾਲੀਆਂ ਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਸਟੇਜ 'ਤੇ ਬੈਠੇ। ਹਾਲਾਂਕਿ ਉਹਨਾਂ ਨੂੰ ਕਿਸੇ ਨੇ ਉਠਾਇਆ ਨਹੀਂ, ਪੁੱਛਿਆ ਨਹੀਂ, ਕਿਸੇ ਨੇ ਨਾਂ ਨਹੀਂ ਲਿਆ ਸੁਖਵੀਰ ਸਿੰਘ ਬਾਦਲ ਦਾ ਕੱਲ੍ਹ। ਲੇਕਿਨ ਹਰਸਿਮਰਤ ਕੌਰ ਜਦੋਂ ਬੋਲੇ ਉਸ ਵੇਲੇ ਉਹਨਾਂ ਨੇ 84 ਦੀ ਗੱਲ ਜਿਹੜੀ ਕੀਤੀ, 9 ਵਾਰ ਉਹਨਾਂ ਨੇ ਮੋਦੀ ਦਾ ਧੰਨਵਾਦ ਕੀਤਾ, ਕੈਪਟਨ ਦਾ ਨਾਂ ਨਹੀਂ ਲਿਆ। ਸਿਆਸਤ ਉਦੋਂ ਵੀ ਹੋਈ, ਵਿਰੋਧ ਉਹਨਾਂ ਦਾ ਵੀ ਹੋਇਆ, ਸੰਤ ਸਮਾਜ ਉੱਠ ਕੇ ਚਲਿਆ ਗਿਆ ਔਰ ਸੰਤ ਸਮਾਜ ਦੇ ਵਿੱਚੋਂ ਸੰਤ ਦਰਬਾਰ ਸਿੰਘ ਨੇ ਬਾਹਰ ਮੀਡੀਆ ਨੂੰ ਕਿਹਾ ਕਿ ਜਿਹੜੇ ਬੰਦੇ ਬੇਅਦਬੀ ਲਈ ਜ਼ਿੰਮੇਵਾਰ ਨੇ ਉਹਨਾਂ ਦਾ ਅਸੀਂ ਬਾਈਕਾਟ ਕਰਨਾ ਹੀ ਕਰਨਾ। ਅਤੇ ਉਸ ਤੋਂ ਬਾਅਦ ਅਗਲੀ ਜਿਹੜੀ ਸਿਆਸਤ ਉੱਚੇ ਸੁਰ ਦੇ ਵਿੱਚ ਹੋਈ, ਉਹ ਜਦੋਂ ਧੰਨਵਾਦ ਦਾ ਭਾਸ਼ਣ ਸੁਨੀਲ ਜਾਖੜ ਨੇ ਦਿੱਤਾ। ਜਾਖੜ ਨੇ ਜਦੋਂ ਕਿਹਾ ਕਿ ਪਿਛਲੇ 10 ਸਾਲ ਦੇ ਵਿੱਚ ਜਿਹੜੇ ਬੰਦੇ ਨਸ਼ੇ ਕਰਦੇ ਸੀ, ਨਸ਼ਿਆਂ ਦੇ ਸੌਦਾਗਰ ਸੀ, ਹੁਣ ਅਸੀਂ ਉਹ ਮਗਰਮੱਛਾਂ ਨੂੰ ਫੜਨਾ। ਇਹ ਗੱਲ ਸੁਣ ਕੇ ਮਜੀਠੀਆ, ਜਿਹੜਾ ਵਿਕਰਮ ਮਜੀਠੀਆ, ਭੜਕ ਪਏ ਅਤੇ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਤਾਂ ਸਿਆਸਤ ਇੱਕ ਪਾਸੇ ਦੀ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ, ਤੁਸੀਂ ਦੇਖੀ ਵੀ ਹੋਵੇਗੀ। ਚੜ੍ਹਦੀ ਕਲਾ TV ਨੇ ਕੱਲ੍ਹ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਉਸ ਨੂੰ ਲਾਈਵ ਕੀਤਾ ਸੀ ਔਰ ਲਗਾਤਾਰ 2.5 ਘੰਟੇ ਅਸੀਂ ਉਸਨੂੰ ਡਿਸਕਸ ਵੀ ਕੀਤਾ ਸੀ ਆਪਣੇ ਸਟੂਡੀਓ 'ਚ ਬੈਠ ਕੇ। ਅਤੇ ਨਾਲ ਇੱਕ ਗੱਲ ਜਿਹੜੀ ਉੱਥੇ ਦੇਖਣ ਵਾਲੀ ਹੈ, ਜਿਹਦੇ 'ਤੇ ਅਸੀਂ ਅੱਜ ਚਰਚਾ ਕਰਨੀ ਹੈ, ਉਹ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਪੀਚ। 15 ਮਿੰਟ ਬੋਲੇ ਕੈਪਟਨ ਸਾਹਿਬ ਔਰ ਬਹੁਤ ਸਾਰੇ ਲੋਕ ਤਾਂ ਇਹ ਕਹਿੰਦੇ ਨੇ ਬਹੁਤ ਵਧੀਆ ਜਿਹੜਾ ਹੈ ਭਾਸ਼ਣ ਉਹਨਾਂ ਨੇ ਕੱਲ੍ਹ ਕੀਤਾ। ਭਾਸ਼ਣ ਦੀ ਮੁੱਖ ਸੁਰ ਉਹਨਾਂ ਦੀ ਸੀ ਕਿ ਪਾਕਿਸਤਾਨ ਮੈਂ ਜਾਣਾ ਚਾਹੁੰਦਾ, ਲੇਕਿਨ ਮੈਂ ਜਾ ਨਹੀਂ ਰਿਹਾ। ਕਿਉਂ ਨਹੀਂ ਜਾ ਰਿਹਾ? ਕਿਉਂਕਿ ਜਿਹੜੇ ਉੱਥੋਂ ਦੇ ਫੌਜ ਮੁਖੀ ਕਮਰ ਬਾਜਵਾ ਨੇ, ਉਹ ਪੰਜਾਬ ਦੇ ਖਿਲਾਫ ਜਿਸ ਕਿਸਮ ਦੀਆਂ ਸਾਜਿਸ਼ਾਂ ਕਰ ਰਹੇ ਨੇ, ਅਤੇ ਮੇਰਾ ਇੱਕ ਧਰਮ ਹੈ ਜਿਹੜਾ, ਜਿਹਨੂੰ ਰਾਜ ਧਰਮ ਕਿਹਾ ਸੀ ਇੱਕ ਵਾਰੀ ਵਾਜਪਾਈ ਨੇ, ਕਿ ਮੈਂ ਲੋਕਾਂ ਦੀ ਰੱਖਿਆ ਕਰਨੀ ਹੈ। ਔਰ ਇਹਨਾਂ ਨੇ ਪਿਛਲੇ 20 ਸਾਲਾਂ 'ਚ ਪੰਜਾਬ ਨੂੰ ਬਹੁਤ ਨੁਕਸਾਨ ਪਹੁੰਚਾਇਆ, ਪੰਜਾਬ ਬਹੁਤ ਪਿੱਛੇ ਚਲਿਆ ਗਿਆ ਇਹਨਾਂ ਕਰਕੇ। ਅਤੇ ਖਾਸ ਤੌਰ 'ਤੇ ਉਹਨਾਂ ਨੇ ਜ਼ਿਕਰ ਕੀਤਾ ਅਦਲੀ ਬਾਬ ਬੰਬ ਕਾਂਡ ਦਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਚੋ ਇੱਕ ਅਣਦਾੜੀਆ ਬੱਚਾ ਵੀ ਜਿਹੜਾ ਹੈ ਉਹ 'ਚ ਮਾਰਿਆ ਗਿਆ, ਬਹੁਤ ਸਾਰੀਆਂ ਔਰਤਾਂ ਜਿਹੜੀਆਂ ਹਸਪਤਾਲ 'ਚ ਪਈਆਂ ਨੇ। ਕੈਪਟਨ ਅਮਰਿੰਦਰ ਸਿੰਘ ਨੇ ਸਿੱਖੀ ਦੇ ਮਾਮਲੇ ਦੇ ਵਿੱਚ ਵੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਮੈਂ ਸਿੱਖਾਂ, ਸਾਡੇ ਬਜ਼ੁਰਗਾਂ ਨੇ ਬਾਬਾ ਤਰਲੋਕੇ ਤੋਂ ਲੈ ਕੇ ਉਹਨਾਂ ਨੇ ਸਾਰੀ ਗੱਲ ਕੀਤੀ ਕਿ ਅੰਮ੍ਰਿਤ ਛਕਿਆ। ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜਾ ਗੁਰਦੁਆਰਾ ਕਰਤਾਰ ਸਾਹਿਬ ਹੈ, ਇਹਦੇ 'ਤੇ ਜਿਹੜੀ ਸੇਵਾ ਹੈ ਉਹ ਮੇਰੇ ਦਾਦਾ ਜੀ ਨੇ ਕਰਵਾਈ ਸੀ, ਮਹਾਰਾਜਾ ਭੁਪਿੰਦਰ ਸਿੰਘ ਨੇ। ਇਸੇ ਤਰ੍ਹਾਂ ਉਹਨੇ ਪੰਜਾ ਸਾਹਿਬ ਦਾ ਜ਼ਿਕਰ ਕੀਤਾ ਔਰ ਲੇਕਿਨ ਜਿਹੜਾ ਜ਼ਿਕਰ ਖਾਸ ਤੌਰ 'ਤੇ ਕੀਤਾ ਗਿਆ ਕਮਰ ਬਾਜਵਾ ਦੇ ਖਿਲਾਫ, ਦਹਿਸ਼ਤਵਾਦ ਦੇ ਖਿਲਾਫ, ਜਿਸ ਨੂੰ ਬਹੁਤ ਸਾਰੇ ਲੋਕ ਖੁਸ਼ ਹੋਏ ਅਤੇ ਬਹੁਤ ਸਾਰੇ ਲੋਕ ਇਹ ਵੀ ਕਹਿਣ ਲੱਗੇ ਕਿ ਇਸ ਕਿਸਮ ਦਾ ਭਾਸ਼ਣ ਤਾਂ ਕੋਈ ਭਾਰਤੀ ਜਨਤਾ ਪਾਰਟੀ ਦਾ ਲੀਡਰ ਵੀ ਨਹੀਂ ਦੇ ਸਕਦਾ ਜਿੰਨਾ ਉਹ ਬੋਲੇ। ਸੋ ਇਹ ਸਾਰੇ ਦੇ ਪਿੱਛੇ ਜਿਸ ਕਿਸਮ ਦੇ ਜਿੰਨੇ ਮੈਂ ਤੁਹਾਡੇ ਕੋਲ ਹੁਣ ਨੁਕਤੇ ਰੱਖੇ ਨੇ, ਇਹ 'ਚ ਅਸੀਂ ਚਰਚਾ ਕਰਨੀ ਹੈ। ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਦੇ ਵਿੱਚ ਮਾਹਰ ਵਿਦਵਾਨ ਆਏ ਨੇ, ਉਹਨਾਂ 'ਚੋਂ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਨੇ। ਬਰਾੜ ਸਾਹਿਬ ਲੇਖਕ ਨੇ, ਚਿੰਤਕ ਨੇ ਔਰ ਲਗਾਤਾਰ ਉਹ ਪੰਜਾਬ ਦੇ ਮਸਲਿਆਂ 'ਤੇ ਲਿਖ ਵੀ ਰਹੇ ਨੇ, ਗੱਲ ਵੀ ਕਰ ਰਹੇ ਨੇ। ਸਾਡੇ ਨਾਲ ਡਾਕਟਰ ਬਲਕਾਰ ਸਿੰਘ ਨੇ, ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਨੇ, ਮੁਖੀ ਰਹੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਸਿੱਖ ਚਿੰਤਕ ਨੇ ਸਾਡੇ ਨਾਲ ਅੱਜ ਉਚੇਚੇ ਤੌਰ 'ਤੇ ਆਏ ਨੇ।
ਅੰਮ੍ਰਿਤਸਰ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਪੰਜਾਬੀ ਵਿਭਾਗ ਡਾਕਟਰ ਧਰਮ ਸਿੰਘ, ਉਹ ਵੀ ਇਸ ਵਿਸ਼ੇ 'ਤੇ ਕਾਫੀ ਜਿਹੜਾ ਹੈ ਗਿਆਨ ਰੱਖਦੇ ਨੇ। ਤੁਹਾਡਾ ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਡਾਕਟਰ ਬਰਾੜ, ਤੁਹਾਡੇ ਤੋਂ ਗੱਲ ਸ਼ੁਰੂ ਕਰਦੇ ਹਾਂ, ਕੀ ਲੱਗਦਾ ਕੱਲ੍ਹ? ਬਾਕੀ ਗੱਲਾਂ ਤਾਂ ਸਪਸ਼ਟ ਹੀ ਹੋਈਆਂ ਨੇ, ਲੋਕਾਂ ਨੂੰ ਪਤਾ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਸਪੀਚ 'ਚੋਂ ਤੁਹਾਨੂੰ ਕੀ ਨਜ਼ਰ ਆਇਆ? ਦੇਖੋ, ਜਿਸ ਤਰ੍ਹਾਂ ਤੁਸੀਂ ਗੱਲ ਕਹੀ ਹੈ ਕਿ ਜੇ ਕਿਤੇ ਉਹਦੀ ਆਡੀਓ ਸੁਣ ਲਈ ਜਾਵੇ ਜਾਂ ਜਿਹੜੇ ਬੰਦੇ ਜਿਵੇਂ ਪੰਜਾਬ ਦੇ ਤਾਂ ਜਾਣਦੇ ਆ, ਜਿਹੜਾ ਬੰਦਾ ਨਹੀਂ ਜਾਣਦਾ ਜੇ ਉਹ ਸੁਣੇ ਤਾਂ ਉਹਨੂੰ ਇਹੀ ਲੱਗੇ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦੀ ਸਪੀਚ ਸੀ। ਦੇਖੋ, ਇਹ ਗੱਲ ਇਹ ਕਿ ਇਹ ਨਹੀਂ ਕਿ ਪਾਕਿਸਤਾਨ ਨਾਲ ਭਾਰਤ ਦੀ ਦੁਸ਼ਮਣੀ ਨਹੀਂ ਆ ਜਾਂ ਜੰਗਾਂ ਨਹੀਂ ਆਪਸ ਵਿੱਚ ਦੀ ਹੋਈਆਂ, ਪਰ ਇੱਕ ਗੱਲ ਤਾਂ ਇਹ ਸੀ ਕਿ ਇਹ ਮੌਕਾ ਇਹਨਾਂ ਗੱਲਾਂ ਲਈ ਨਹੀਂ ਸੀਗਾ। ਅਤੇ ਦੂਸਰੀ ਜਿਹੜੀ ਗੱਲ ਹੈ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੇ ਕਰਤਾਰਪੁਰ ਲਾਂਘਾ ਖੁੱਲ੍ਹਦਾ ਹੈ ਤਾਂ ਕੱਲ੍ਹ ਨੂੰ ਸਾਡਾ ਆਪਸੀ ਪਿਆਰ ਵਧੂਗਾ, ਆਪਸੀ ਭਾਈਚਾਰਾ ਵਧੂਗਾ, ਹੋ ਸਕਦਾ ਹੈਗਾ ਕਿ ਸਾਨੂੰ ਨਨਕਾਣਾ ਸਾਹਿਬ ਦੇ ਜਾਂ ਪੰਜਾ ਸਾਹਿਬ ਲਈ ਵੀ ਵੀਜ਼ੇ ਮਿਲਣੇ ਸ਼ੁਰੂ ਹੋ ਜਾਣ, ਤਾਂ ਸਾਨੂੰ ਆਪਸੀ ਸਦਭਾਵਨਾ ਵਧਾਉਣੀ ਚਾਹੀਦੀ ਆ, ਵਪਾਰ ਵਧਾਉਣਾ ਚਾਹੀਦਾ, ਜਾਂ ਕਿ ਲੋਕਾਂ ਦਾ ਆਦਾਨ ਪ੍ਰਦਾਨ ਹੋਰ ਵੀ ਵਧੇਰੀ ਪੱਧਰ 'ਤੇ ਹੋਣਾ ਚਾਹੀਦਾ। ਅਤੇ ਉਸ ਵੇਲੇ ਜੇ ਅਸੀਂ ਦੂਸਰੇ ਦੇਸ਼ ਦੇ ਮੁਖੀ ਫੌਜ ਦੇ ਮੁਖੀ ਨੂੰ ਗਾਲਾਂ ਕੱਢਾਂਗੇ ਤਾਂ ਮੇਰਾ ਖਿਆਲ ਆ ਕਿ ਇਹ ਠੀਕ ਮੌਕਾ ਨਹੀਂ ਸੀਗਾ। ਦੋਨੇ ਦੇਸ਼ ਹੋ ਸਕਦਾ ਹੈਗਾ ਕਿ ਅੰਦਰ ਖਾਤੇ ਇੱਕ ਦੂਸਰੇ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਹੋਣ ਇੱਕ ਦੂਸਰੇ ਦੇ। ਇਹਦੇ ਪਿੱਛੇ ਕੀ ਕੋਈ ਸਿਆਸਤ ਨਵਜੋਤ ਸਿੰਘ ਸਿੱਧੂ ਨੇ? ਇਹਦੇ ਵਿੱਚੋਂ ਦੇਖੋ, ਦੋ ਗੱਲਾਂ ਇਹਦੇ ਵਿੱਚੋਂ ਸਾਫ਼ ਜ਼ਾਹਰ ਹੋ ਰਹੀਆਂ ਹੈਗੀਆਂ। ਇੱਕ ਤਾਂ ਇਹ ਕਿ ਕਿਤੇ ਇੱਕ ਗੱਲ ਆਪਾਂ ਨੂੰ ਸਪਸ਼ਟ ਹੋ ਜਾਣੀ ਚਾਹੀਦੀ ਹੈਗੀ ਆ ਕਿ ਅਮਰਿੰਦਰ ਸਿੰਘ ਜੀ ਇਸ ਵੇਲੇ ਉਹ ਅਮਰਿੰਦਰ ਸਿੰਘ ਜੀ ਨਹੀਂ ਆ ਜਿਹੜੇ ਪਿਛਲੇ ਟਰਮ ਦੇ ਵਿੱਚ ਸੀਗੇ। ਉਹ ਪਤਾ ਨਹੀਂ ਕਿਹੜੇ ਦਬਾਵਾਂ ਥੱਲੇ ਨੇ ਜਿਸ ਕਰਕੇ ਉਹ ਕਿ ਉਹਨਾਂ ਦਾ ਝੁਕਾਓ ਭਾਰਤੀ ਜਨਤਾ ਪਾਰਟੀ ਵੱਲ ਹੈਗਾ। ਉਹਦਾ ਕੁਛ ਲੋਕਾਂ ਨੂੰ ਤਾਂ ਇਹ ਵੀ ਲੱਗਦਾ ਹੈਗਾ ਕਿ ਕਿਤੇ ਨਾ ਕਿਤੇ ਕਿ ਜਿੰਨੇ ਵੀ ਪੰਜਾਬ ਦੀ ਲਈ ਕੇਂਦਰ 'ਚੋਂ ਫੰਡ ਆਉਣੇ ਆ ਉਹਨਾਂ ਫੰਡਾਂ ਲਈ ਵੀ ਉਹਨਾਂ 'ਤੇ ਆਸ਼ਰਿਤ ਆ। ਅਤੇ ਇਹਦੇ 'ਚ ਜਿਹੜੀ ਗੱਲ ਮੈਂ ਦਰਸ਼ਕਾਂ ਨੂੰ ਵੀ ਦੱਸਣੀ ਚਾਹੁੰਦਾ, ਜਦੋਂ ਨੈਸ਼ਨਲ ਅਥਾਰਟੀ ਵਾਲਿਆਂ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ 9-2 ਕਿਉਂ ਲਿਖੇ, ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਸੀ ਐੱਮ ਆਫਿਸ ਨੇ ਕਿਹਾ ਸੀ, ਜੇ ਮੁੱਖ ਮੰਤਰੀ ਬਾਦਲ ਦੋਨੇ ਬਾਦਲਾਂ ਦਾ 9 ਭੇਜ ਰਿਹਾ ਇਹ 'ਚ ਅਸੀਂ ਇਸ ਨੂੰ ਕੀ ਸਮਝੀਏ? ਡਾਕਟਰ ਬਲਕਾਰ ਸਿੰਘ, ਇਹ ਸਾਰੀ ਸਿਚੁਏਸ਼ਨ ਤੁਸੀਂ ਸੁਣੀ, ਕੀ ਲੱਗਦਾ ਜੋ ਡਾਕਟਰ ਬਰਾੜ ਕਹਿ ਰਹੇ ਨੇ ਜਾਂ ਜੋ ਤੱਥ ਨੇ ਉਹਨਾਂ ਦੇ ਆਧਾਰ 'ਤੇ ਤੁਸੀਂ ਕੀ ਕਹੋਗੇ? ਦੇਖੋ ਵਾਲੀਆ ਸਾਹਿਬ, ਇਹ ਇਸ਼ੂ ਜਿਹੜਾ ਉਹਨੂੰ ਅੰਡਰਸਟੈਂਡ ਕਰ ਲੈਣਾ ਚਾਹੀਦਾ ਜੀ। ਜਿਵੇਂ ਸਹਿਜ ਨਾਲ ਬਰਾੜ ਸਾਹਿਬ ਨੇ ਕਹਿ ਦਿੱਤਾ ਕਿ ਭਾਜਪਾ ਵਾਂਗੂ ਬੋਲੇ, ਇਹ ਮੈਂ ਇਹਦੇ ਨਾਲ ਇਸ ਕਰਕੇ ਸਹਿਮਤ ਨਹੀਂ ਹਾਂ ਕਿ ਜਿਨ੍ਹਾਂ ਲੋਕਾਂ ਦੇ ਦਿਮਾਗ ਐਂਟੀ ਕੇਂਦਰ ਅਤੇ ਐਂਟੀ ਹਿੰਦੂ ਗੱਲ ਫਸੀ ਹੋਈ ਆ, ਭਾਵੇਂ ਉਹ ਕਾਮਰੇਡ ਹੋਣ ਅਤੇ ਭਾਵੇਂ ਉਹ ਖਾਲਿਸਤਾਨੀ ਹੋਣ, ਉਹਨਾਂ ਨੇ ਇਹ ਗੱਲ ਜਿਹੜੀ ਆ ਕਹਿ ਸਕਦੇ ਨੇ। ਮੈਂ ਸਮਝਦਾ ਕਿ ਉਹ ਇੱਕ ਪੋਲੀਟੀਸ਼ੀਅਨ ਵਾਂਗੂ ਬੋਲੇ, ਦੋ ਹੀ ਬੰਦੇ ਉੱਥੇ ਪੋਲੀਟੀਸ਼ੀਅਨ ਵਾਂਗੂ ਬੋਲੇ, ਇੱਕ ਵਾਈਸ ਪ੍ਰੈਜੀਡੈਂਟ ਅਤੇ ਇੱਕ ਅਮਰਿੰਦਰ, ਬਾਕੀ ਸਾਰੇ ਜਿਹੜੇ ਨੇ ਉਹ ਆਪਣਾ ਆਪਣਾ ਰੋਣਾ ਰੋਂਦੇ ਰਹੇ, ਜਿਨ੍ਹਾਂ ਨੇ ਮਤਲਬ ਇਹ ਕੂਟਨੀਤਿਕ ਢੰਗ ਨਾਲ ਬੋਲਣ ਦਾ ਜਿਹੜਾ ਅਮਰਿੰਦਰ ਨੇ ਸ਼ੁਰੂ ਕੀਤਾ। ਮੈਂ ਸਮਝਦਾ ਕਿ ਉਹਨੇ ਤਾਂ ਉਹਦੇ ਸਾਹਮਣੇ ਪੋਲੀਟਿਕਸ ਕਲੀਅਰ ਹੈ ਕਿ ਪੰਜਾਬ ਨੂੰ ਸਭ ਤੋਂ ਵੱਡੀ, ਇਹ ਬਰਾੜ ਸਾਹਿਬ ਵੀ ਮੇਰਾ ਸਹਿਮਤ ਹੋਣਗੇ, ਧਰਮ ਸਿੰਘ ਵੀ ਹੋਊਗਾ, ਕਿ ਪੰਜਾਬ ਨੂੰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਉਹ ਰੈਡੀਕਲਿਜ਼ਮ ਤੋਂ ਹੈ। ਅਮਰਿੰਦਰ ਨੇ ਸੱਜਣ ਸਿੰਘ ਤੋਂ ਲੈ ਕੇ ਕੈਨੇਡੀਅਨ ਮਸਲੇ ਤੋਂ ਲੈ ਕੇ ਹੁਣ ਤੱਕ ਇੱਕੋ ਗੱਲ ਜਿਹੜੀ ਆ ਉਹ 'ਤੇ ਖੜ੍ਹਾ ਉਹ ਕਿ ਮੈਂ ਰੈਡੀਕਲਿਜ਼ਮ ਨੂੰ ਇੱਥੇ ਨਹੀਂ ਉੱਠਣ ਦੇਣਾ। ਰੈਡੀਕਲਿਜ਼ਮ ਦੀ ਜੜ ਹੈ ਬਲਗਾੜੀ, ਪਰ ਉਹਨੇ ਬਲਗਾੜੀ ਨੂੰ ਰੈਡੀਕਲਿਜ਼ਮ ਤੋਂ ਮਤਲਬ ਅਮਰਿੰਦਰ ਦੀ ਅਪਰੋਚ ਨੂੰ ਜਾਣਦੇ ਹੋਏ ਉਹ ਵੀ ਮਤਲਬ ਇਸ ਪਾਸੇ ਨੂੰ ਨਹੀਂ ਤੁਰ ਰਹੇ। ਇਸ ਕਰਕੇ ਇਹਨੂੰ ਵਾਈਡਰ ਪਰਸਪੈਕਟਿਵ ਦੇਖਣਾ ਚਾਹੀਦਾ, ਜਿਹੜਾ ਤੁਸੀਂ ਠੀਕ ਲਫ਼ਜ਼ ਕਿਹਾ ਕਿ ਉਹਨੇ ਰਾਜ ਧਰਮ ਨਿਭਾਇਆ। ਮੈਂ ਇਹ ਸਮਝਦਾ ਕਿ ਮਤਲਬ ਇਸ ਵੇਲੇ ਸਮੱਸਿਆ ਜਿਹੜੀ ਹੈ ਭਾਰਤ ਨੂੰ ਪਾਕਿਸਤਾਨ ਬਣ ਜਾਣ ਤੋਂ ਬਚਾਉਣ ਦੀ ਹੈ, ਭਾਜਪਾ ਤੋਂ ਵੀ ਬਚਣ ਦੀ ਹੈ, ਭਾਜਪਾ ਵੀ ਪਾਕਿਸਤਾਨ ਬਣਾਉਣਾ ਚਾਹੁੰਦੀ ਹੈ ਮਤਲਬ ਆਪਣੇ ਉਹੋ ਜਿਹਾ, ਪਰ ਭਾਜਪਾ ਤੋਂ ਬਚਣ ਵਾਲੀ ਗੱਲ ਬਾਅਦ 'ਚ ਆਉਣੀ ਹੈ, ਪਹਿਲਾਂ ਪੰਜਾਬ ਨੂੰ ਤਾਂ ਬਚਾ ਲਈਏ। ਪੰਜਾਬ ਦੀ ਜਿਹੜੀ ਸਮੱਸਿਆ ਜਿਹੜੀ ਕਹਿੰਦੇ ਨੇ ਵੀ ਹੁਣ ਉੱਥੇ ਇਹਦੇ ਨਾ ਜਾਣ, ਇਹਨਾਂ ਅਮਰਿੰਦਰ ਦੇ ਨਾਂ ਜਾਣ ਨਾਲ ਕੋਈ ਫਰਕ ਪਏਗਾ? ਫਰਕ ਨਹੀਂ ਪਏਗਾ ਜੀ। ਤੋ ਜਿਸ ਤਰੀਕੇ ਨਾਲ ਡਾਕਟਰ ਬਲਕਾਰ ਸਿੰਘ ਉੱਥੇ ਜਿਹੜਾ ਮੌਕੇ ਦੀ ਗੱਲ ਜਿਹੜੀ ਬਰਾੜ ਸਾਹਿਬ ਨੇ ਕੀਤੀ ਹੈ ਉਹਤੇ ਵੀ ਗੱਲ ਕਰਨੀ? ਨਹੀਂ, ਮੌਕੇ ਦੀ ਕੋਈ ਗੱਲ ਹੀ ਨਹੀਂ ਹੈ। ਮੈਂ ਵੀ ਸਪੀਚ ਉਹੀ ਸੁਣੀ ਹੈ। ਹਾਂਜੀ ਹਾਂ, ਮੈਂ ਵੀ ਸਪੀਚ ਉਹੀ ਸੁਣੀ ਹੈ ਤੇ ਮੈਂ ਸਮਝਦਾ ਕਿ ਮੌਕੇ ਤੇ ਨਹੀਂ ਬੋਲਣਾ ਚਾਹੀਦਾ ਸੀ ਗੱਲ ਭਾਵੇਂ ਠੀਕ। ਨਹੀਂ ਨਹੀਂ, ਮੌਕੇ ਤੇ ਨਹੀਂ ਬੋਲਣਾ, ਕਦੋਂ ਬੋਲਦਾ? ਜਦੋਂ ਉਹ ਇੰਟਰਨੈਸ਼ਨਲ ਲੈਵਲ ਤੇ ਗੱਲ ਓਪਨ ਹੋ ਰਹੀ ਹੈ ਉਦੋਂ ਗੱਲ ਆਪਣੀ ਨਾ ਕਹਿੰਦਾ ਜੀ, ਤੇ ਮੁੜ ਕੇ ਜਾ ਕੇ ਘਰੇ ਜਾ ਕੇ ਕਹਿੰਦਾ ਤੇ ਉਹ ਕੰਟਰਡਿਕਸ਼ਨ ਨਾ ਹੋ ਜਾਂਦੀ? ਇਹ ਤੇ ਗੱਲ ਕਰਨੀ ਹੈ, ਲੇਕਿਨ ਇੱਕ ਫੋਨ ਕਾਲ ਲੈ ਲਈ, ਕਾਫੀ ਚਿਰ ਤੋਂ ਸਾਡੇ ਨਾਲ ਕਾਲਰ ਜੁੜੇ ਹੋਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਵਾਲੀਆ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਇਹ ਬਾਦਲ ਗਰੁੱਪ ਉੱਥੇ ਆਪਣਾ ਕਰਤਾਰਪੁਰ ਸਾਹਿਬ ਕੱਲ ਇਹਨਾਂ ਨੇ ਸਪੀਚ ਕੀਤੀ ਆ ਜੀ। ਹਾਂਜੀ, ਮਤਲਬ ਇਹ ਆਪ ਮਤਲਬ ਤੇ ਬੇਅਦਬੀ ਦੇ ਚੱਕਰਾਂ 'ਚ ਫਸੇ ਆ,
ਹਰਮੰਦਰ ਸਾਹਿਬ ਤੇ ਕਰਮਜੀਤ ਸਿੰਘ ਅਰਦਾਸੀਆ ਸਿੰਘ ਨੂੰ ਕੱਢਿਆ ਇਹਨਾਂ ਰਾਗੀ ਸਿੰਘ ਨੂੰ ਜੀ ਇਹਨਾਂ ਨੇ ਮੋਹ ਕੇ ਗੱਲਾਂ ਕਰਦੇ ਆ ਫਾਬਲੀਆਂ ਨਹੀਂ ਇਹਦਾ ਮੋਹ ਨੇ ਤਾਜ ਮੱਟੀ ਆ ਜੀ 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 ਅੱਜ ਸ਼ੁਕਰੀਆ ਤੁਹਾਡਾ ਅੱਜ ਸਾਡਾ ਇਸ਼ੂ ਕੋਈ ਹੋਰ ਹੈ ਆਪਣਾ ਜੋ ਤੁਸੀਂ ਡਾਕਟਰ ਸਾਹਿਬ ਗੱਲ ਕਰ ਰਹੇ ਸੀ ਉਹਦੇ ਵਿੱਚ ਜਿਹੜਾ ਡਾਕਟਰ ਬਰਾੜ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਫੌਜ ਮੁਖੀ ਨੂੰ ਹੁਣ ਜਦੋਂ ਕਿ ਆਪਣੇ ਸੰਬੰਧ ਸੁਧਰ ਰਹੇ ਨੇ ਉਦੋਂ ਇਹ ਗੱਲ ਕਿਉਂ ਤੁਸੀਂ ਬੈਕਗਰਾਊਂਡ ਦੇਖੋ ਨਾ ਨਵਜੋਤ ਸਿੱਧੂ ਤੇ ਜੋ ਹਿੰਦੁਸਤਾਨ ਦੇ ਮੀਡੀਆ ਵਿੱਚ ਮਤਲਬ ਦਿਨਾਂ ਮਤਲਬ ਉਹਦੇ ਖਿਲਾਫ ਇੱਕ ਤਵਾ ਲੱਗਿਆ ਉਹ ਪੂਰੀ ਦੀ ਪੂਰੀ ਇੱਕ ਸਿਚੁਏਸ਼ਨ ਸਾਹਮਣੇ ਹੈ ਉਹਦੇ ਤੋਂ ਨਿਕਲ ਕੇ ਬਾਹਰ ਆਉਣ ਦੀ ਗੱਲ ਜਿਹੜੀ ਹੈ ਉਹ ਉਹਨਾਂ ਲੋਕਾਂ ਨੂੰ ਜਿਹੜੇ ਤਵਾ ਲਾ ਰਹੇ ਸੀ ਜਦੋਂ ਉਹਨਾਂ ਨੇ ਹਰਸਿਮਰਤ ਦਾ ਉੱਥੇ ਕੰਟਰਡਿਕਸ਼ਨ ਦਿਖਾਤੀ ਦਿਖਾਈ ਇਸ ਕਰਕੇ ਉਹਦਾ ਇਹ ਹੈ ਵੀ ਉਹ ਜੀ ਟੈਂਸ ਸਿਚੁਏਸ਼ਨ ਵਿੱਚ ਪੰਜਾਬ ਨੂੰ ਆਪਣਾ ਸਟੈਂਡ ਲੈਣਾ ਚਾਹੀਦਾ ਸੀ ਅਤੇ ਅਮਰਿੰਦਰ ਨੇ ਸਟੈਂਡ ਲੈ ਲਿਆ ਕਿ ਮਾਈਨਸ ਰੈਡੀਕਲਿਜ਼ਮ ਐਵਰੀਥਿੰਗ ਇਜ਼ ਅਲਾਊਡ ਜੀ ਡਾਕਟਰ ਪ੍ਰਕਾਸ਼ ਸਿੰਘ ਜੋ ਗੱਲ ਕਹਿ ਰਹੇ ਨੇ ਪਹਿਰੇ ਦਰਸ਼ਕੋ ਔਰ ਡਾਕਟਰ ਬਰਾੜ ਦੋਨਾਂ ਦੇ ਜਿਹੜੇ ਆਪਣੇ ਆਪਣੇ ਤਰਕ ਨੇ ਔਰ ਇਹ ਤਰਕ ਦੇ ਵਿੱਚ ਕਿਤੇ ਨਾ ਕਿਤੇ ਹੋਰ ਚਰਚਾ ਹੋ ਸਕਦੀ ਹੈ ਜੋ ਡਾਕਟਰ ਬਰਾੜ ਕਹਿ ਰਹੇ ਨੇ ਕਿ ਮੌਕਾ ਨਹੀਂ ਸੀ ਕਿਉਂਕਿ ਜਿਸ ਤਰੀਕੇ ਨਾਲ ਜਿੰਨਾ ਚਿਰ ਉਹਨਾਂ ਨੇ ਕਿਹਾ ਕਿ ਮੇਰੇ ਖੂਨ ਦੇ ਵਿੱਚ ਮੇਰੇ ਸਰੀਰ 'ਚ ਖੂਨ ਹੈ ਉਨਾ ਚਿਰ ਮੈਂ ਨਹੀਂ ਹੋਣ ਦੇਵਾਂਗਾ ਮੈਂ ਜਾਣਾ ਚਾਹੁੰਦਾ ਪਰ ਉਦੋਂ ਜਾਊਂਗਾ ਜਦੋਂ ਉੱਥੇ ਸ਼ਾਂਤੀ ਜਿਹੜੀ ਹੈ ਹੋਏਗੀ ਇਸ ਕਿਸਮ ਦੀ ਜਿਹੜੀ ਟੋਨ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੱਲ੍ਹ ਕਾਫੀ ਲੋਕਾਂ ਨੇ ਪਹਿਲੀ ਵਾਰ ਦੇਖੀ ਔਰ ਜੋ ਡਾਕਟਰ ਬਲਕਾਰ ਸਿੰਘ ਕਹਿ ਰਹੇ ਨੇ ਕਦੋਂ ਬੋਲਦੇ ਇਹ ਵੀ ਆਪਣੇ ਆਪ 'ਚ ਹੈ ਇਹ ਦੋਨੇ ਗੱਲਾਂ 'ਤੇ ਆਪਾਂ ਚਰਚਾ ਜਾਰੀ ਰੱਖਾਂਗੇ ਪਰ ਹੁਣ ਇੱਕ ਵਕਤ ਹੋਇਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਡਾਕਟਰ ਧਰਮ ਸਿੰਘ ਜੀ ਤੁਸੀਂ ਦੋਨੇ ਸਾਡੇ ਪੈਨਲਿਸਟ ਨੂੰ ਸੁਣਿਆ ਕੀ ਲੱਗਦਾ ਕੀ ਹੈ ਕਿ ਇਹ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਕਿਸਮ ਦੇ ਭਾਸ਼ਣ 'ਚ ਜ਼ਿਕਰ ਕੀਤਾ ਕਮਰ ਬਾਜਵਾ ਦਾ ਵਾਰ ਵਾਰ ਜ਼ਿਕਰ ਕੀਤਾ ਕੀ ਉਹਨਾਂ ਦੇ ਕੀ ਕਿਸ ਪਾਸੇ ਨਿਸ਼ਾਨਾ ਕਿੱਧਰ ਲਾਉਣਾ ਚਾਹੁੰਦੇ ਨੇ ਦੇਖੋ ਜੀ ਮੈਨੂੰ ਲੱਗਦਾ ਹੈਗਾ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਦੇਖੀਆਂ ਨੇਗੀਆਂ ਜਾਂ ਅਖਬਾਰਾਂ 'ਚ ਛਪੀਆਂ ਨੇਗੀਆਂ ਕਮਰ ਬਾਜਵਾ ਕਸੂਰਵਾਰ ਤਾਂ ਹੈ ਪਰ ਇੰਨਾ ਕਸੂਰਵਾਰ ਨਹੀਂ ਜਿੰਨਾ ਬਣਾ ਲਿਆ ਗਿਆ ਹੈ ਜਿਵੇਂ ਨਵਜੋਤ ਸਿੰਘ ਸਿੱਧੂ ਉੱਥੇ ਗਏ ਪਹਿਲਾਂ ਕਮਰ ਬਾਜਵਾ ਨਾਲ ਮੁਲਾਕਾਤ ਹੋਈ ਅਤੇ ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਹੈਗਾ ਵੀ ਗੱਲ ਜਿਹੜੀ ਹੈ ਨਾ ਪਹਿਲਾਂ ਉਹ ਕਮਰ ਬਾਜਵਾ ਨੇ ਸ਼ੁਰੂ ਕੀਤੀ ਵੀ ਅਸੀਂ ਜਿਹੜਾ ਸੋਚ ਰਹੇ ਹਾਂ ਤੋ ਇਹਦਾ ਜਿਹੜਾ ਉਹ ਅੱਤਵਾਦ ਵਾਲਾ ਪਹਿਲੂ ਜਿਹੜਾ ਹੈਗਾ ਜਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਉਹ ਆਪਣੀ ਥਾਂ 'ਤੇ ਠੀਕ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਲੇਕਿਨ ਇਹ ਜੇ ਅਗਲਾ ਸਦਭਾਵਨਾ ਵਿਖਾਉਂਦਾ ਆ ਇਹਦੇ ਹੋਣ ਦੇ ਬਾਵਜੂਦ ਵੀ ਤਾਂ ਫਿਰ ਉਹਨੂੰ ਵੈਲਕਮ ਕਰਨਾ ਚਾਹੀਦਾ ਕੋਈ ਐਡਾ ਬਹੁਤਾ ਹਾਰਸ਼ ਹੋਣ ਦੀ ਜਾਂ ਤਲਖ ਹੋਣ ਦੀ ਜਿਹੜੀ ਨਾ ਬਹੁਤੀ ਲੋੜ ਨਹੀਂ ਹੈ ਕਿਉਂਕਿ ਬਾਅਦ ਦੇ ਵਿੱਚ ਵੀ ਅਸੀਂ ਵੇਖਿਆ ਵਾ ਵੀ ਉਹ ਬਾਜਵਾ ਨੇ ਜਿਹੜੀ ਗੱਲ ਕੀਤੀ ਆ ਨਾ ਉਹਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਰੇ ਲਾਇਆ ਜੀ ਜੇ ਉਹਦੇ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੈਲ ਹੁੰਦੀ ਜਾਂ ਉਹਦੇ ਮਨ ਵਿੱਚ ਕੋਈ ਹੋਰ ਗੱਲ ਹੁੰਦੀ ਤਾਂ ਸ਼ਾਇਦ ਉਹ ਇਸ ਤਰ੍ਹਾਂ ਨਾ ਸੋਚਦੇ ਜਾਂ ਇਹ ਗੱਲ ਇੱਥੋਂ ਤੱਕ ਨਾ ਪਹੁੰਚਦੀ ਤਾਂ ਇਸ ਕਰਕੇ ਮੇਰਾ ਵੀ ਖਿਆਲ ਹੈਗਾ ਵੀ ਕੁਛ ਨਾ ਕੁਛ ਇਹਦੇ ਵਿੱਚ ਸਹਿਮਤੀ ਕਹਿ ਲਓ ਜਾਂ ਉਹਦੀ ਸੌਫਟ ਕਾਰਨਰ ਕਹਿ ਲਓ ਬਾਜਵੇ ਦੀ ਕਮਰ ਬਾਜਵਾ ਦੀ ਉਹ ਹੈ ਹੀ ਤਾਂ ਹੀ ਇਹ ਗੱਲ ਸਿਰੇ ਲੱਗੀ ਆ ਜੇ ਬਿਲਕੁਲ ਇਸ ਤਰ੍ਹਾਂ ਉਹ ਤਣ ਕੇ ਗੱਲ ਕਰਨੀ ਜਿਵੇਂ ਕਿ ਸਾਡੇ ਮੁੱਖ ਮੰਤਰੀ ਜੀ ਨੇ ਕੀਤੀ ਆ ਜੀ ਉਹ ਵੀ ਇੱਦਾਂ ਸੋਚਦਾ ਤਾਂ ਸ਼ਾਇਦ ਇਹ ਗੱਲ ਜਿਹੜੀ ਇੱਥੋਂ ਤੱਕ ਪਹੁੰਚਦੀ ਵੀ ਨਾ ਬਿਲਕੁਲ ਡਾਕਟਰ ਧਰਮਸਿੰਘ ਸ਼ਾਇਦ ਤੁਸੀਂ ਠੀਕ ਕਰ ਰਹੇ ਹੋ ਡਾਕਟਰ ਬਰਾੜ ਇਹਦੇ ਇੱਕ ਹੋਰ ਪਹਿਲੂ ਵੀ ਹੈ ਕਿ ਜਿਸ ਤਰੀਕੇ ਨਾਲ ਵਾਰ ਵਾਰ ਦੇਖੋ ਇਹ ਤਾਂ ਕਿ ਪਾਕਿਸਤਾਨ ਨਾਲ ਤੁਹਾਡਾ ਹੋ ਸਕਦਾ ਲੇਕਿਨ ਉੱਥੋਂ ਦੇ ਫੌਜ ਮੁਖੀ ਨੂੰ ਉਹਨਾਂ ਨੇ ਟਾਰਗੇਟ ਕੀਤਾ ਅਤੇ ਨਵਜੋਤ ਸਿੰਘ ਸਿੱਧੂ ਨੇ ਫੌਜ ਮੁਖੀ ਦੇ ਹਵਾਲੇ ਨਾਲ ਗੱਲ ਸ਼ੁਰੂ ਕਰੀ 28 ਅਗਸਤ ਨੂੰ ਕਿਤੇ ਨਵਜੋਤ ਸਿੰਘ ਸਿੱਧੂ ਦੀ ਕੋਈ ਸਿਆਸਤ ਵੀ ਕੰਮ ਕਰਦੀ ਹੈ ਇਹ ਸਵਾਲ ਮੈਂ ਤੁਹਾਨੂੰ ਕਰਨਾ ਇੱਕ ਫੋਨ ਕਾਲ ਲੈ ਲਈਏ ਹੈਲੋ ਬਾਬੂ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਡਰਾਈਵ ਤੋਂ ਬੋਲਦਾ ਜੀ ਰਚਨਜੀਤ ਸਿੰਘ ਜੀ ਜਿਹੜਾ ਇਹ ਸਮਾਂ ਸੀ ਨਾ ਕੈਪਟਨ ਸਾਹਿਬ ਦੇ ਵਿੱਚ ਬੋਲਦੇ ਜੀ ਸਮਾਂ ਸੀ ਬਸ ਸਭ ਦੇ ਖਰਾਬ ਬੋਲਦੇ ਜੀ 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 ਬਿਲਕੁਲ ਤੁਹਾਡੀ ਗੱਲ ਠੀਕ ਮੈਂ ਪੁੱਛੇ ਨਾ ਮੈਂ ਜੀ ਠੀਕ ਹੈ ਸ਼ੁਕਰੀਆ ਜੀ ਤੁਹਾਡੀ ਆਵਾਜ਼ ਜ਼ਿਆਦਾ ਕਲੀਅਰ ਨਹੀਂ ਆ ਰਹੀ ਲੇਕਿਨ ਉਹ ਤੁਹਾਡੇ ਵਾਲੀ ਗੱਲ ਕਰ ਰਹੇ ਨੇ ਕਿ ਇਹ ਸਮਾਂ ਨਹੀਂ ਸੀ ਲੇਕਿਨ ਮੇਰਾ ਜਿਹੜਾ ਦੂਜਾ ਸਵਾਲ ਹੈ ਜਿਹੜਾ ਮੈਂ ਹੁਣ ਕੀਤਾ ਸੀ ਕਾਲਰ ਤੋਂ ਪਹਿਲਾਂ ਕੀ ਲੱਗਦਾ ਕਿ ਇਹ ਜਿਵੇਂ ਟਾਰਗੇਟ ਕੀਤਾ ਗਿਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਟਾਰਗੇਟ ਹੋ ਗਿਆ ਦੇਖੋ ਗੱਲ ਇਹ ਆ ਕਿ ਇੱਕ ਜਿਹੜੀ ਕ੍ਰੈਡਿਟ ਦੀ ਵਾਰ ਲੱਗੀ ਹੋਈ ਆ ਕਿ ਮੈਂ ਕਰਵਾਇਆ ਮੈਂ ਕਰਵਾਇਆ ਦੇਖੋ ਕਰਵਾਉਣ ਵਾਲੀ ਗੱਲ ਤਾਂ ਜੇ ਆਪਾਂ ਮੰਨੀਏ ਤਾਂ ਇਹ ਕਿ ਕਿੰਨੇ ਸਾਲਾਂ ਤੋਂ ਵਾ ਕਿ ਸਾਰੀ ਸਿੱਖ ਸੰਗਤ ਹਰ ਰੋਜ਼ ਅਰਦਾਸ ਵਿੱਚ ਕਹਿੰਦੀ ਹੈ ਤਾਂ ਫਿਰ ਤਾਂ ਵੱਡਾ ਕ੍ਰੈਡਿਟ ਤਾਂ ਉਸ ਸੰਗਤ ਨੂੰ ਜਾਣਾ ਚਾਹੀਦਾ ਪਰ ਸੰਗਤ ਨੂੰ ਕਾਹਦਾ ਕ੍ਰੈਡਿਟ ਅਗਲੀ ਗੱਲ ਇਹ ਕਿ ਜਦੋਂ ਹੁਣ ਨਵੇਂ ਸਿਰਿਓਂ ਸ਼ੁਰੂ ਕੀਤੀ ਹੈ ਨਵਜੋਤ ਸਿੱਧੂ ਨੇ ਸ਼ੁਰੂ ਕੀਤੀ ਹੈ
ਤੇ ਨਵਜੋਤ ਸਿੱਧੂ ਨੇ ਜਿਹੜੀ ਕਮਰ ਬਾਜਵਾ ਨੇ ਸ਼ੁਰੂ ਕੀਤੀ ਦੋਹਾਂ ਨੇ ਨਵਜੋਤ ਸਿੱਧੂ ਨੇ ਸ਼ੁਰੂ ਕੀਤੀ ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ 'ਚ ਨਹੀਂ ਦੇਸ਼ ਦੀ ਸਿਆਸਤ ਵਿੱਚ ਬੜੀ ਤੇਜ਼ੀ ਦੇ ਨਾਲ ਨਵਜੋਤ ਸਿੱਧੂ ਦਾ ਕੱਦ ਵੱਡਾ ਹੋ ਰਿਹਾ ਉਹਦੇ ਤੋਂ ਮਤਲਬ ਕਿ ਖਤਰਾ ਮਹਿਸੂਸ ਹੋ ਰਿਹਾ ਹੋਊਗਾ ਇੱਥੋਂ ਤੱਕ ਇਹ ਵੀ ਬੜੀ ਅਜੀਬ ਗੱਲ ਹੈਗੀ ਆ ਕਿ ਹਾਂ ਕੈਪਟਨ ਸਾਹਿਬ ਨੂੰ ਥਰੈਟ ਹੀ ਨਹੀਂ ਮੈਂ ਕਿ ਤੁਸੀਂ ਇੱਕ ਗੱਲ ਦੇਖੋ ਕਿ ਜੇ ਬਾਕੀ ਮੈਂ ਕਿ ਮੰਤਰੀਆਂ ਦੇ ਨਾਂ ਹੋ ਸਕਦੇ ਆ ਤਾਂ ਨਵਜੋਤ ਸਿੰਘ ਸਿੱਧੂ ਜੀ ਨੇ ਸਭ ਤੋਂ ਵੱਧ ਗੱਲਬਾਤ ਚਲਾਈ ਉਹ ਮਤਲਬ ਕਿ ਇਹ ਵੀ ਨਹੀਂ ਬਹਾਨਾ ਬਣਦਾ ਕਿ ਉਹ ਉਸ ਵੇਲੇ ਪ੍ਰਚਾਰ 'ਚ ਰੁੱਝਿਆ ਹੋਇਆ ਸੀਗਾ ਕਿਉਂਕਿ ਉਹ ਤਾਂ ਸਪੈਸ਼ਲ ਜਹਾਜ਼ ਲੈ ਕੇ ਆਇਆ ਵੀ ਅਤੇ ਉਹ ਦੂਰਬੀਨ ਤੋਂ ਜਿੱਥੇ ਪਹਿਲੇ ਖੜ੍ਹ ਕੇ ਵੇਖ ਕੇ ਗਿਆ ਸੀ ਉੱਥੇ ਹੀ ਵੇਖ ਕੇ ਵਾਪਸ ਮੁੜ ਗਿਆ ਦੂਜੀ ਗੱਲ ਇਹ ਕਿ ਪਾਕਿਸਤਾਨ ਨੇ ਜਦੋਂ ਰੱਖਣੀ ਆ ਕੱਲ੍ਹ 28 ਨੂੰ ਮੈਂ ਕਿਹਾ ਜਦੋਂ ਰੱਖਣਾ ਨੀਂਹ ਪੱਥਰ ਉਹਨੂੰ ਫੇਰ ਕਾਲ ਕੀਤਾ ਇਹਦਾ ਮਤਲਬ ਉਹਦੀ ਕੰਟਰੀਬਿਊਸ਼ਨ ਵੱਡੀ ਹੈ ਚਾਹੇ ਉਹਨੂੰ ਕ੍ਰਿਕਟ ਡਿਪਲੋਮੈਸੀ ਕਹਿ ਲਓ ਚਾਹੇ ਉਹਦਾ ਇੰਟਰਨੈਸ਼ਨਲ ਅਕਸ ਕਹਿ ਲਓ ਉੱਥੋਂ ਇਹ ਲੱਗਦਾ ਕਿ ਉਹਨੂੰ ਨੀਵਾਂ ਦਿਖਾਉਣ ਲਈ ਕਿ ਜਿਹਦੀ ਤੇਰੇ ਨਾਲ ਗੱਲ ਹੋਈ ਹੈ ਮੈਂ ਉਹਦੀ ਬੇਇੱਜ਼ਤੀ ਕਰ ਰਿਹਾ ਕਿਉਂ ਜੀ ਡਾਕਟਰ ਪ੍ਰਕਾਸ਼ ਸਿੰਘ ਮੈਂ ਸਮਝਦਾ ਕਿ ਸਿੱਧੂ ਦੀ ਕੰਟਰੀਬਿਊਸ਼ਨ ਤੋਂ ਕੋਈ ਇਨਕਾਰੀ ਉਹ ਵੀ ਨਹੀਂ ਹੋ ਰਿਹਾ ਹੁਣ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਹੋ ਰਹੇ ਨੇ ਸਿਆਸਤ ਵਿੱਚ ਹੋ ਜਾਣ ਜਿੱਥੋਂ ਤੱਕ ਫੌਜੀ ਦੀ ਗੱਲ ਆ ਰਹੀ ਹੈ ਨਾ ਵਾਰ ਵਾਰ ਮੈਂ ਇਹ 'ਤੇ ਇੱਕ ਫਿਕਰਾ ਕਹਿਣਾ ਚਾਹੁੰਦਾ ਕਿ ਇਸ ਵੇਲੇ ਪਰਸੈਪਸ਼ਨ ਜਿਹੜੀ ਹੈ ਪਾਕਿਸਤਾਨ ਬਾਰੇ ਇਹ ਹੈ ਕਿ ਜਿਹੜਾ ਅੱਤਵਾਦ ਹੈ ਉਹਨੂੰ ਸ਼ਾਇਦ ਫੌਜ ਦੇ ਰਹੀ ਹੈ ਉਸ ਦਾ ਸਿਆਸਤਦਾਨ ਨਹੀਂ ਦੇ ਰਿਹਾ ਪਹਿਲਾਂ ਸ਼ਰੀਫ ਜਿਹੜਾ ਬਾਹਰ ਲੈ ਗਿਆ ਇਹ ਵੀ ਇਮਰਾਨ ਵੀ ਜਿਹੜਾ ਇਹ ਵੀ ਉਹ ਨਹੀਂ ਦੇ ਰਹੇ ਉਹਨੂੰ ਸ਼ਾਇਦ ਇਸ ਕਰਕੇ ਅਟੈਕ ਜਿਹੜਾ ਉਹ ਫੌਜੀ ਹੋ ਗਿਆ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਅਮਰਿੰਦਰ ਨੂੰ ਅਸੀਂ ਸਪੀਚ ਲੈਣੀ ਹੈ ਉਹਨੂੰ ਵੇਖੋ ਕਿ ਅਮਰਿੰਦਰ ਦੇ ਅੰਦਰ ਕਿੰਨੇ ਸੈਂਟੀਮੈਂਟ ਇਕੱਠੇ ਬੋਲ ਰਹੇ ਨੇ ਉਹ ਫੌਜੀ ਵੀ ਹੈ ਉਹ ਸਿੱਖ ਵੀ ਹੈ ਉਹ CM ਵੀ ਹੈ ਉਹ ਸਿਆਸਤਦਾਨ ਵੀ ਹੈ ਉਹ ਕਾਂਗਰਸੀ ਵੀ ਹੈ ਇਹ ਸਾਰੀਆਂ ਗੱਲਾਂ ਰਲਾ ਕੇ ਉਹਦੇ ਵਿੱਚ ਜੋ ਉਹਨੇ ਸਟੈਂਡ ਲਿਆ ਉਹ ਸਟੈਂਡ ਜਿਹੜਾ ਉਹ ਕਲੀਅਰ ਕੱਟ ਇਹ ਹੈ ਕਿ ਹਿੰਦੁਸਤਾਨ ਦੀ ਪੋਲੀਟਿਕਸ ਦੇਖੋ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਕਿ ਸਾਨੂੰ ਨੈਸ਼ਨਲਿਸਟ ਹੋਣ ਵਿੱਚ ਸੰਗ ਆ ਰਹੀ ਹੈ ਹੁਣ ਅਮਰਿੰਦਰ ਵਰਗਾ ਬੰਦਾ ਜਿਹੜਾ ਹੈ ਉਹ ਜਿਹਨੇ ਮਤਲਬ ਸਿੱਖ ਦੇ ਤੌਰ 'ਤੇ ਕੰਟਰੀਬਿਊਸ਼ਨ ਕੀਤੀ ਉਹਨੇ ਕਿਹਾ ਵੀ ਅਸੀਂ ਸਾਰਾ ਕੁਝ ਕੀਤਾ ਹੈ ਪਰ ਇਹਦਾ ਕ੍ਰੈਡਿਟ ਵਾਰ ਜਿਹੜੀ ਹੈ ਕ੍ਰੈਡਿਟ ਵਾਰ ਵਿੱਚੋਂ ਦੋ ਹੀ ਬੰਦੇ ਬਾਹਰ ਰਹੇ ਵਾਈਸ ਪ੍ਰੈਜੀਡੈਂਟ ਆਫ ਇੰਡੀਆ ਦੇ ਵਿੱਚ CM ਬਾਕੀ ਬੰਦੇ ਕ੍ਰੈਡਿਟ ਵਾਲੇ ਹੁਣ ਜਿੱਥੋਂ ਤੱਕ ਤਲਕ ਹੈ ਵੀ ਉਹਨਾਂ ਨੇ ਜਿਹੜਾ ਕ੍ਰਾਈਟੇਰੀਅਨ ਬਣਾ ਲਿਆ ਇਹ ਤਾਂ ਸੈਂਟਰ ਨੇ ਬਣਾਇਆ ਉਹਨਾਂ ਨੇ ਉੱਥੋਂ ਲੋਕਲ ਸਹਿਮਤ ਨਹੀਂ ਗਿਆ ਇੱਕ ਗੱਲ ਵੇਖੋ ਕਮਾਲ ਹੈ ਕਿ ਕ੍ਰੈਡਿਟ ਵਾਰ 'ਚੋਂ ਬਾਹਰ ਕਿਵੇਂ ਕ੍ਰੈਡਿਟ ਵਾਰ 'ਚੋਂ ਬਾਹਰ ਸੀਗੇ ਤੇ ਕਹਿੰਦੇ ਕਿ ਭਾਈ ਤੁਸੀਂ ਤਾਂ ਰੱਖ ਲਓ ਉੱਥੇ ਰੱਖਣ ਤਾਂ ਖੋਲ੍ਹ ਆ ਰਹੇ ਆ ਕ੍ਰੈਡਿਟ ਸਭ ਤੋਂ ਵੱਡਾ ਤਾਂ ਉਹਨਾਂ ਨੂੰ ਜਾਣਾ ਹੀ ਜਾਣਾ ਹੈ ਜਿਹੜਾ ਅਮਰਿੰਦਰ ਉਹਨੇ ਅਮਰਿੰਦਰ ਨੇ ਨਹੀਂ ਹਟਾਇਆ ਹਟਾਇਆ ਤਾਂ ਇਹ ਹੈ ਵੀ ਜਿਹੜੀ ਗੱਲ ਦੇਖੋ ਅਮਰਿੰਦਰ ਤਾਂ ਇਹ ਕਹਿ ਦਿੱਤਾ ਵੀ ਜੇ ਸਿੱਧੂ ਜਾਣਾ ਚਾਹੁੰਦਾ ਜਾਏ ਜੇ ਮਤਲਬ ਰੰਧਾਵਾ ਜਿਹੜਾ ਹੈ ਉਹ ਉਹਨੂੰ ਮਤਲਬ ਸੁੱਟਣਾ ਚਾਹੁੰਦਾ ਜਾਂ ਭੰਡਣਾ ਚਾਹੁੰਦਾ ਸਿੱਧੂ ਨੂੰ ਰੋਕ ਨਹੀਂ ਸਕਦਾ ਸੀ ਜੀ ਸਿੱਧੂ ਨੂੰ ਮੰਨ ਲਓ ਰੋਕਦਾ ਇੰਡੀਵਿਜੂਅਲ ਕੈਪੈਸਿਟੀ ਜਿਹਾ ਲੈ ਜਾਂਦਾ ਡਾਕਟਰ ਬਲਕਾਰ ਸ਼ਾਇਦ ਠੀਕ ਕਰ ਰਹੇ ਡਾਕਟਰ ਬਲਕਾਰ ਸਿੰਘ ਜੇ ਰਾਣਾ ਸੋਢੀ ਉੱਥੇ ਬੈਠ ਸਕਦਾ ਜੇ ਬਾਕੀ ਮੰਤਰੀ ਬੈਠ ਸਕਦੇ ਨੇ ਨਵਜੋਤ ਸਿੰਘ ਸਿੱਧੂ ਉੱਥੇ ਸੀ ਉਹਨੂੰ ਬੁਲਾਇਆ ਨਹੀਂ ਗਿਆ ਕਾਰਨ ਤਾਂ ਨਹੀਂ ਤੁਸੀਂ ਕਿਸੇ ਦਾ ਸੀਐਮ ਬੁਲਾ ਰਿਹਾ ਸਾਰੇ ਬੁਲਾਉਣ ਵਾਲਾ ਪ੍ਰਬੰਧ ਜਿਹੜਾ ਉਹਨਾਂ ਦਾ ਸੈਂਟਰ ਵਾਲਿਆਂ ਦਾ ਸੈਂਟਰ ਵਾਲਿਆਂ ਨਹੀਂ ਚਲੋ ਮੰਨ ਲਓ ਤੁਸੀਂ ਜੇ ਸੈਂਟਰ ਵਾਲਾ ਪ੍ਰਬੰਧ ਨਾ ਹੁੰਦੇ ਤਾਂ ਉੱਥੇ ਸੁਖਬੀਰ ਆ ਸਕਦਾ ਸੀ ਜੀ ਨਹੀਂ ਉੱਥੇ ਹਰਸਿਮਰਤ ਆ ਸਕਦੀ ਸੀ ਤੇ ਇਹੀ ਤਾਂ ਰੌਲਾ ਇਹ ਇਹ ਉਹਨਾਂ ਦੀ ਪ੍ਰਬੰਧ ਹੈ ਉਹ ਪਾਕਿਸਤਾਨ ਦੇ ਜਿਹੜੀ ਇਹ ਸਰਕਾਰੀ ਫੰਕਸ਼ਨ ਸੀ ਮੈਂ ਸਮਝ ਆਏ ਹਾਂ ਕਿ ਜਦੋਂ ਅਸੀਂ ਤਾਕਤ ਵਿੱਚ ਨਹੀਂ ਹਾਂ CM ਜਿਹੜਾ ਨਾ ਉਹਨੇ ਵੇਖਣਾ ਕਿ ਮੈਂ ਇਸ ਸਿਚੁਏਸ਼ਨ ਵਿੱਚ ਕਿਵੇਂ ਸੋਚਣਾ ਹੈ ਚਲੋ ਆਪਾਂ ਜੇ ਉਹ ਮੇਰੇ ਵਾਂਗੂ ਸੋਚੇਗਾ ਤਾਂ ਫਿਰ CM ਸ਼ਿਫਟ ਕਰ ਲਈਏ ਜਿੰਨਾ ਵਕਤ ਆਪਾਂ ਅਗਲਾ ਇੱਕ ਹੋਰ ਮੁੱਦਾ ਵੀ ਇਹਦੇ ਨਾਲ ਜੁੜਿਆ ਕੀ ਲੱਗਦਾ ਡਾਕਟਰ ਧਰਮ ਸਿੰਘ ਜਿਸ ਤਰੀਕੇ ਨਾਲ ਉੱਥੇ ਨਾਅਰੇਬਾਜ਼ੀ ਕੀਤੀ ਗਈ ਬਿਕਰਮ ਮਜੀਠੀਆ ਵੱਲੋਂ ਇਹ ਸਿਆਸਤ ਕਿਸ ਕਿਸਮ ਦੀ ਬਣਦੇ ਹੋ ਇਹ ਸਵਾਲ ਮੈਂ ਤੁਹਾਨੂੰ ਕਰਨਾ ਇੱਕ ਫੋਨ ਕਾਲ ਲੈ ਕੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਆ ਗਿਆ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਬਲਦੇਵ ਸਿੰਘ ਬੋਲਦਾ ਮਰੋੜ ਤੋਂ ਜੀ ਇਹਦੇ ਵਿੱਚ 100% ਸਿੱਧੂ ਸਾਹਿਬ ਨੇ ਪਰਮਾਤਮਾ ਨੇ ਸਵਾਪ ਬਣਾਇਆ ਪਹਿਲ ਪਾਕਿਸਤਾਨ ਵੱਲੋਂ ਹੋਈ ਜੀ 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 ਸਿਆਸਤ ਨਹੀਂ ਕਰਨੀ ਚਾਹੀਦੀ ਜਿਹੜਾ ਬਾਜਵਾ ਹੈ ਉਹ ਵੀ ਮਤਲਬ ਸਿੱਖ ਹੈ ਜੀ ਚੌਧਰੀ ਬਣੇ ਸਿੱਖਾਂ ਤੋਂ ਬੁਨਿਆਦੀ ਤੌਰ ਤੇ ਜਿਹੜਾ ਫੰਕਸ਼ਨ ਸੀ ਨਾ ਉਹ ਧਾਰਮਿਕ ਸੀਗਾ ਜੀ ਤੇ ਧਾਰਮਿਕ ਫੰਕਸ਼ਨ ਨੂੰ ਧਾਰਮਿਕ ਦੇ ਤੌਰ ਦੇ ਉੱਤੇ ਹਿਲਾਣਾ ਚਾਹੀਦਾ ਸੀਗਾ ਕਿਉਂਕਿ ਅਸੀਂ ਜਿਹੜਾ ਉਹ ਤਕਰੀਬਨ ਪਿਛਲੇ ਜੇ ਹੋਰ ਪਛਾ ਨਾ ਜਾਈਏ ਤੇ ਕੁਲਦੀਪ ਸਿੰਘ ਬਟਾਲਾ ਜਿਹੜੇ ਸੀ 18 ਸਾਲਾਂ ਤੋਂ ਉੱਥੇ ਜਾ ਕੇ ਹਰ ਮੱਸਿਆ ਨੂੰ ਅਰਦਾਸ ਕਰਦੇ ਸੀ ਨਹੀਂ ਉਹ ਗੱਲ ਹੋ ਗਈ ਹਾਂ ਮੈਂ ਕਹਿਣਾ ਜੋ ਮਜੀਠੀਆ ਉਹਦੇ ਬਾਰੇ ਕੀ ਮੈਂ ਇਹੀ ਗੱਲ ਕਹਿ ਰਹਿਣਾ ਜੀ ਵੀ ਮਜੀਠੀਆ ਜਾਂ ਜੋ ਹੋਰ ਜਿਸ ਵੀ ਕਿਸੇ ਨੇ ਹੁਲੜਬਾਜ਼ੀ ਕੀਤੀ ਹੈ ਇਹ ਗਲਤ ਸੀਗਾ ਕਿਉਂਕਿ ਇਹ ਕਿਤੇ ਧਾਰਮਿਕ ਭਾਵਨਾਵਾਂ ਜੁੜੀਆਂ ਨੇਗੀਆਂ ਨਾਲ ਗੱਲ ਤਾਂ ਸਿੱਧੀ ਹੈ ਵੀ ਕ੍ਰੈਡਿਟ ਕੌਣ ਲੈ ਰਿਹਾ ਵਾ ਜਾਂ ਕਿਹਨੂੰ ਲੈਣਾ ਚਾਹੀਦਾ ਜਾਂ ਮੈਂ ਲੈਂਦਾ ਜਾਂ ਤੁਸੀਂ ਲੈਂਦੇ ਹੋ ਇਹ ਨਹੀਂ ਸੀ ਹੋਣਾ ਚਾਹੀਦਾ
ਕਮਰ ਬਾਜਵਾ ਨੇ ਸ਼ੁਰੂ ਦੇਣਾ ਬਾਜਵਾ ਨੇ ਦਿਓ ਫਿਰ ਭਾਈਚਾਰੇ ਦੀ ਜਾਂ ਪੰਜਾਬੀ ਭਾਈਚਾਰੇ ਦੀ ਜਿਹੜੀ ਆਵਾਜ਼ ਜਾਣੀ ਚਾਹੀਦੀ ਸੀ ਉਹ ਨਹੀਂ ਗਈ ਤੇ ਇਹਦੇ ਨਾਲ ਮੈਂ ਸਮਝਦਾ ਕਿ ਪੰਜਾਬੀ ਭਾਈਚਾਰੇ ਦੀ ਭਾਰਤੀ ਪੰਜਾਬ ਵਿੱਚ ਜਿਹੜਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਉਹਦੀ ਮਤਲਬ ਕਿ ਕਹਿ ਸਕਦੇ ਹਾਂ ਕਿ ਬਦਨਾਮੀ ਵਾਲੀ ਗੱਲ ਕੀਤੀ ਉਹਨਾਂ ਨੂੰ ਇਹ ਲੱਗਿਆ ਕਿ ਅਸੀਂ ਖਾਸ ਮੌਕਿਆਂ 'ਤੇ ਵੀ ਆਪਸੀ ਸਹਿਮਤੀ ਨਹੀਂ ਬਣਾ ਸਕਦੇ ਇਹਦੇ ਵਿੱਚ ਚਾਹੇ ਮੈਂ ਕਿ ਹੁੱਲੜਬਾਜੀ ਏ ਨੇ ਕੀਤੀ ਚਾਹੇ ਬੀ ਨੇ ਕੀਤੀ ਮੈਨੂੰ ਲੱਗਦਾ ਕਿ ਦੋਵੇਂ ਨਿੰਦਣਯੋਗ ਨੇ ਇਹ ਨਿੰਦਣੀਆਂ ਚਾਹੀਦੀਆਂ ਨਹੀਂ ਨਹੀਂ ਉਹਦੇ 'ਚ ਜਿਹੜੀ ਅਗਲੀ ਗੱਲ ਹੈ ਨਾ ਜਿਹੜੀ ਨਿੰਦਣਯੋਗ ਵਾਲੀ ਤੁਸੀਂ ਕਹਿੰਦੇ ਮਜੀਠੀਆ ਦੇ ਨਹੀਂ ਜਦੋਂ ਮਜੀਠੀਆ ਜਿਹੜੇ ਇਸ਼ੂ 'ਤੇ ਬੋਲਿਆ ਉਹ ਨਸ਼ਿਆਂ 'ਤੇ ਬੋਲਿਆ ਅਤੇ ਨਸ਼ਿਆਂ 'ਤੇ ਉਹਨੂੰ ਬੋਲਣਾ ਨਹੀਂ ਚਾਹੀਦਾ ਸੀ ਲੱਗ ਇਹ ਰਿਹਾ ਕਿਉਂਕਿ ਉਹ ਜੇ ਅਟੈਕ ਤਾਂ 84 ਦਾ ਵੀ ਹੋਇਆ ਸੀ ਹਰਸਿਮਰਤ ਕੌਰ ਨੂੰ ਸਿੱਖੀ ਕਿੱਥੇ ਲੱਭਦੇ ਹਾਂ ਸਿਆਸਤ ਵਿੱਚ ਪੰਜਾਬੀ ਅਤੇ ਸਿੱਖੀ ਕਿੱਥੋਂ ਲੱਭ ਲਵਾਂਗੇ ਉਹਦੇ ਦਿਲੇ ਹੀ ਸਿਆਸਤਦਾਨ ਇਕੱਠੇ ਹੋਏ ਸੀ ਉਹ ਡਾਕਟਰ ਧਰਮ ਸਿੰਘ ਜਿਵੇਂ ਕਹਿ ਰਿਹਾ ਫੰਕਸ਼ਨ ਤਾਂ ਬਿਲਕੁਲ ਧਾਰਮਿਕ ਸੌਰ ਵਾਲਾ ਸੀ ਇਹ ਪਾਰਟੀ ਦਾ ਨਹੀਂ ਫੰਕਸ਼ਨ ਸੀ ਰਾਸ਼ਟਰਪਤੀ ਆਉਂਦਾ ਉਪ ਰਾਸ਼ਟਰਪਤੀ ਸਰਕਾਰੀ ਫੰਕਸ਼ਨ ਸੀ ਹਾਂ ਸਰਕਾਰੀ ਫੰਕਸ਼ਨ ਸੀ ਇਹ ਸਰਕਾਰੀ ਪ੍ਰੋਟੋਕੋਲ ਅਨੁਸਾਰ ਉੱਥੇ ਮਤਲਬ ਕਿ ਹਰਸਿਮਰਤ ਦਾ ਨਾਂ ਹੋ ਸਕਦਾ ਕਿ ਉਹ ਪੰਜਾਬ ਦੇ ਵਿੱਚੋਂ ਬਾਕੀ MP ਸੀ ਤੇ ਦੂਸਰਾ ਤੇ ਮੈਂ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦਾ ਜਾਂ ਸੁਖਬੀਰ ਸਿੰਘ ਬਾਦਲ ਜੀ ਦਾ ਤਾਂ ਨਾਮ ਨਹੀਂ ਉੱਥੇ ਹੋਣਾ ਚਾਹੀਦਾ ਸੀ ਨਹੀਂ ਪ੍ਰੋਟੋਕੋਲ ਅਨੁਸਾਰ ਗੱਲ ਦਾ ਵਾਲਿਆ ਜੀ ਮੈਂ ਕਰਨੀ ਚਾਹੁੰਦਾ ਸੀਗਾ ਇਹ ਗੱਲ ਸੀ ਤਾਂ ਜਿਹੜੇ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਜੀ ਭੇਜਣਾ ਰਾਤੋਂ ਆਦ ਨੂੰ ਸਪੋਂਸਰ ਕਰ ਦੋ ਨਹੀਂ ਹਟਦੇ ਭਾਵੇਂ ਫੌਜ ਦੇ ਭਾਵੇਂ ਫੌਜ ਮੁਖੀ ਆ ਉਹਦੀ ਸਹਿਮਤੀ ਨਾਲ ਸਾਰਾ ਕੁਝ ਹੋਇਆ ਮੈਂ ਇੱਕ ਆਰਟੀਕਲ ਲਿਖਿਆ ਸੀਗਾ ਵੀ ਪਾਕਿਸਤਾਨ ਦੇ ਵਿੱਚ ਕਦੀ ਅਮਨ ਚੈਨ ਕਾਇਮ ਹੋ ਸਕੇਗਾ ਉਹਦੇ ਵਿੱਚ ਇਹ ਆਖਰ ਸਿੱਟਾ ਇਹੀ ਸੀਗਾ ਵੀ ਅਮਨ ਚੈਨ ਉੱਧਰ ਉਹਨਾਂ ਦੀ ਆਪਣੀਆਂ ਜਿਹੜੀ ਕੰਟਰਾਡਿਕਸ਼ਨ ਹੈਗੀਆਂ ਨੇ ਨਾ ਵਿਦ ਇਨ ਦਾ ਪਾਕਿਸਤਾਨ ਉਹ ਇੰਨੀਆਂ ਜ਼ਿਆਦੀਆਂ ਨੇ ਵੀ ਉੱਥੇ ਅਮਨ ਕਾਇਮ ਹੋਣਾ ਹੀ ਨਹੀਂਗਾ ਨੰਬਰ 2 ਉਹਦੀ ਜਿਹੜੀ ਬਦ ਅਮਨੀ ਦਾ ਜਿਹੜਾ ਹੈਗਾ ਹੈ ਨਾ ਰਿਫਲੈਕਸ਼ਨ ਉਹ ਸਾਡੇ ਜ਼ਿਆਦਾ ਜੰਮੂ ਕਸ਼ਮੀਰ 'ਚ ਵੀ ਪੈ ਰਿਹਾ ਅਤੇ ਪੰਜਾਬ 'ਚ ਵੀ ਹੁਣ ਮਾੜਾ ਮੋਟਾ ਜਿਹਾ ਪੈਣਾ ਸ਼ੁਰੂ ਹੋ ਗਿਆ ਜਿਵੇਂ ਕਿ ਅਖਬਾਰਾਂ ਦੱਸਦੀਆਂ ਨੇ ਅਖਬਾਰ ਤੋਂ ਇਸ ਕਰਕੇ ਉਸ ਗੱਲ ਨੂੰ ਜਾਂ ਉਸ ਮੁੱਦੇ ਨੂੰ ਲਾਂਭੇ ਰੱਖ ਕੇ ਤਾਂ ਹੀ ਇਸਨੂੰ ਵਿਚਾਰਨਾ ਚਾਹੀਦਾ ਸੀਗਾ ਕਰਤਾਰਪੁਰ ਲਾਂਘਾ ਵੀ ਵੈਲਕਮ ਸਟੈਪ ਹੈਗਾ ਭਾਵੇਂ ਕਿਸੇ ਵੱਲੋਂ ਸ਼ੁਰੂ ਹੋਇਆ ਵਾ ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨਹੀਂ ਆ ਇਸ ਕਰਕੇ ਇਸ ਨੂੰ ਸਿਰੇ ਲੱਗਣਾ ਹੀ ਚਾਹੀਦਾ ਔਰ ਬੜੇ ਸਰਲ ਤਰੀਕੇ ਦੇ ਨਾਲ ਇਹ ਨਹੀਂ ਕਿ ਕੋਈ ਵੀਜ਼ਾ ਹੋਏ ਪਾਸਪੋਰਟ ਹੋਏ ਦੂਜਾ ਜੀ 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 ਡਾਕਟਰ ਧਰਮ ਸਿੰਘ ਬਿਲਕੁਲ ਸਾਡੇ ਕੋਲ ਸਮੇਂ ਦੀ ਸੀਮਾ ਹੈ ਲੇਕਿਨ ਇਹ ਗੱਲ ਬਿਲਕੁਲ ਸਹੀ ਹੈ ਕਿ ਜੋ ਅੱਜ ਜੇ ਅਸੀਂ ਇਸ ਪ੍ਰੋਗਰਾਮ 'ਤੇ ਇਸ ਕਿਸਮ ਦੀ ਚਰਚਾ ਕਰ ਰਹੇ ਹਾਂ ਅਤੇ ਚਰਚਾ ਕਰਨ ਦੀ ਸਾਨੂੰ ਲੋੜ ਕਿਉਂ ਪਈ ਇਹ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਸਵਾਲ ਹੈ ਕਿ ਜੇ ਸਭ ਕੁਛ ਠੀਕ ਹੁੰਦਾ ਜਿਹੜੇ ਲੋਕ ਇਹ ਕਹਿ ਰਹੇ ਸੀ ਕਿ ਬਾਬਾ ਨਾਨਕ ਦੇ ਨਾਂ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਸਿੱਧੇ ਨਹੀਂ ਸਿੱਧੇ ਰੂਪ 'ਚ ਉਹਨਾਂ ਨੇ ਕੱਲ੍ਹ ਸਿਆਸਤ ਕਰਕੇ ਦਿਖਾਈ ਔਰ ਨਾ ਸਿਰਫ ਉਸ ਕਿਸਮ ਦੀ ਸਿਆਸਤ ਬਿਲਕੁਲ ਉਸ ਕਿਸਮ ਦੀ ਸਿਆਸਤ ਕਰਕੇ ਦਿਖਾਈ ਜਿਹੜੀ ਸਿਆਸਤ ਆਮ ਤੌਰ 'ਤੇ ਅਸੀਂ ਪੋਲੀਟੀਕਲ ਕਾਨਫਰੰਸਾਂ ਦੇ ਵਿੱਚ ਇੱਕ ਦੂਜੇ ਦੇ ਵਿਰੁੱਧ ਦੇਖਦੇ ਹਾਂ ਹੁੱਲੜਬਾਜ਼ੀ ਦੇ ਪੱਧਰ ਤੱਕ ਇਹ ਸਿਆਸਤ ਹੋਈ ਸੱਚਮੁੱਚੀ ਡਾਕਟਰ ਬਰਾੜ ਜੋ ਕਹਿ ਰਹੇ ਨੇ ਪੰਜਾਬੀਆਂ ਦੀ ਬਦਨਾਮੀ ਹੋਈ ਇਹ ਤੋਂ ਬਚਣ ਦੀ ਲੋੜ ਸੀ ਸਹਿਣਸ਼ੀਲਤਾ ਵੀ ਆਪਣੇ ਆਪ 'ਚ ਬਾਬਾ ਨਾਨਕ ਦਾ ਸਹਿਣਸ਼ੀਲਤਾ ਦਾ ਹੀ ਜਿਹੜਾ ਹੈ ਮੈਸੇਜ ਦਿੱਤਾ ਸੀ ਉਹ ਤਾਂ ਵਿਰੋਧੀਆਂ ਦੇ ਘਰ ਜਾ ਕੇ ਵੀ ਉਹਨਾਂ ਦੇ ਜਵਾਬ ਦੇ ਕੇ ਵੀ ਉਹਨਾਂ ਨੇ ਕਿਤੇ ਆਪਣੇ ਸਹਿਣਸ਼ੀਲਤਾ ਦਾ ਪੱਲਾ ਨਹੀਂ ਛੱਡਿਆ ਸੀ ਅਸੀਂ ਉਸਦੇ ਨਾਂ 'ਤੇ ਕੀ ਕਰ ਰਹੇ ਹਾਂ ਇਹ ਸਾਨੂੰ ਫਿਰ ਸੋਚਣ ਦੀ ਲੋੜ ਹੈ ਹਾਲੇ ਬਹੁਤ ਮੌਕੇ ਆਉਣੇ ਨੇ ਅਸੀਂ ਆਸ ਕਰੀਏ ਅਤੇ ਅਰਦਾਸ ਕਰੀਏ ਕਿ ਇਸ ਤਰ੍ਹਾਂ ਦਾ ਕੰਮ ਦੁਬਾਰਾ ਨਾ ਹੋਵੇ ਡਾਕਟਰ ਰਜਿੰਦਰ ਸਿੰਘ ਜੀ ਬਰਾੜ ਸਾਹਿਬ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਧਰਮ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਧੰਨਵਾਦ